ਚੰਡੀਆਂ ਲਾ ਕੇ ਗਲੀਆਂ ਸੜਕਾਂ ਸਾਫ ਕਰਾ ਕੇ ਰੰਗ ਬਰੰਗੀਆਂ ਚੰਡੀਆਂ ਲਾ ਕੇ ਗਲੀਆਂ ਸੜਕਾਂ ਸਾਫ ਕਰਾ ਕੇ ਸੰਗਤਾਂ ਨੇ ਹੱਥ ਜੋੜੇ ਸੀਸ ਝੁਕਾਏ ਨੇ ਫੁੱਲਾਂ ਵਾਲੀ ਪਾਲਕੀ ਚ ਸਤਿਗੁਰੂ ਆਏ ਨੇ ਫੁੱਲਾਂ ਵਾਲੀ ਪਾਲਕੀ ਚ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਇੱਕ ਉੱਤਮ ਪੰਥ ਸੁਣਿਓ ਸਿੱਖ ਸੰਗਤ ਜੇ ਮਿਲਾ ਤ੍ਰਾਸ ਬੁਝਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਸਤਨਾਮ ਸ੍ਰੀ ਵਾਹਿਗੁਰੂ ਜੀ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ ਅਨਕ ਜਤਨ ਕਰ ਹਿਰਦੈ ਰਾਖਿਆ ਰਤਨ ਨ ਛਪੈ ਛਪਾਇਆ ਐਸ
ਤਨ ਨਿਰਮੋਲਕਾ ਪੁਨ ਪਦਾਰਥ ਪਾਇਆ ਅਨਕ ਜਤਨ ਕਰ ਹਿਰਦੈ ਰਾਖਿਆ ਰਤਨ ਨਸ਼ਪੈ ਛਪਾਇਆ ਹਰ ਗੁਣ ਕਹਿਤੇ ਕਹਿਣ ਨਾ ਜਾਈ ਜੈਸੇ ਗੁੰਗੇ ਕੀ ਮਿਠਿਆਈ ਰਹਾ ਰਸਨਾ ਰਮਤ ਸੁਨਤ ਸੁਖ ਸਰਵਨਾ ਚਿਤ ਚੇਤੇ ਸੁਖ ਹੋਈ ਕੋ ਭੀਖਨ ਦੋਇ ਨੈਨ ਸੰਤੋਖੇ ਜੈ ਦੇਖਾਂ ਤੈ ਸੋਈ ਰਸਨਾ ਰਮਤ ਸੁਨਤ ਸੁਖ ਸਰਵਨਾ ਚਿਤ ਚੇਤੇ ਸੁਖ ਹੋਈ ਕੋ ਭੀਖਨ ਦੋਇ ਨੈਨ ਸੰਤੋਖੇ ਜੈ ਦੇਖਾਂ ਤੈ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔੜੀ ਸੁਖਮਨੀ ਮਹਲਾ ਪੰਜਵਾ ਸਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਿਗੁਰੇ ਨਮਹ ਸ੍ਰੀ ਗੁਰਦੇਵੀ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਇ ਮਿਟਾਵੋ ਸਿਮਰੋ ਜਾਸ ਬਿਸਮ ਬਰੇਕ ਨਾਮ ਜਪਤ ਗੰਤ ਅਨੇਕ ਮੇਰ ਪੁਰਾਨ ਸਿਮਰਤ ਸੁਦਾਖਰ ਕੀਨੇ ਰਾਮ ਨਾਮ ਇਕਾਖਰ ਕਿਰਕਾ ਏਕ ਜਿਸ ਜੀ ਬਸਾਵੈ ਤਾਂ ਕੀ ਮੈਂ ਮਗਨੀ ਨਾਵੈ ਆਖੀਏ ਕਹਿ ਦਸ ਤੁਆਰੋ ਨਾਨਕੁਨ ਸਿੰਘ ਮੋਏ ਉਧਾਰੋ ਸੁਖਮਨੀ ਸੁਖ ਅਮਰ ਪ੍ਰਭ ਨਾਮ ਭਗਜਨਾ ਕੇ ਮਨ ਬਿਸਰਾਮ ਰਹਾ ਪ੍ਰਭ ਕੈ ਸਿਮਰਨ ਗਰਭ ਨ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰਾਰੈ ਪ੍ਰਭ ਕੈ ਸਿਮਰਨ ਦੁਸ਼ਮਨ ਕਰੈ ਪ੍ਰਭ ਸਿਮਰਤ ਗਰਭ ਜਨ ਲਾਗੈ ਪ੍ਰਭ ਕੈ ਸਿਮਰਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕੈ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਕਰ ਰੰਗ ਪ੍ਰਭ ਕੈ ਸਿਮਰਨ ਰਿਦ ਸਿਧ ਨੋ ਨਿਦ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਪੂਜਾ ਪ੍ਰਭ ਕੈ ਸਿਮਰਨ ਬੰਸ ਦੂਜਾ ਪ੍ਰਭ ਕੈ ਸਿਮਰਨ ਤੀਰਥ ਸੁਨਾਨੀ ਪ੍ਰਭ ਕੈ ਸਿਮਰਨ ਦਲ ਕੈ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਪਾਲਾ ਸੇ ਸਿਮਰਾਇ ਜਨਾਬ ਸਿਮਰਾਇ ਨਾਨਕ ਤਾ ਕੈ ਲਾਗੋ ਪਾਇ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝਾਇ ਪ੍ਰਭ ਕੈ ਸਿਮਰਨ ਸਭ ਕੈ ਸੁਝਾਇ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਇ ਅਮਰਤ ਨਾਮ ਰਿਧਮਾਇ ਸਮਾਇ ਪ੍ਰਭ ਕੋ ਸਿਮਰ ਸੇ ਤਨਵੰਤੇ ਪ੍ਰਭ ਕੋ ਸਿਮਰ ਸੇ ਪਦਵੰਤੇ ਪ੍ਰਭ ਕੋ ਸਿਮਰ ਸੇ ਦਨ ਪਰਵਾਨ ਪ੍ਰਭ ਕੋ ਸਿਮਰ ਸੇ ਪੋਤ ਪ੍ਰਧਾਨ
ਪ੍ਰਭ ਕੋ ਸਿਮਰਾ ਸੀ ਬਿਮੋਤਾ ਦੇ ਪ੍ਰਭ ਕੋ ਸਿਮਰਾ ਸੀ ਸਰਬ ਕੀ ਰਾਧੇ ਪ੍ਰਭ ਕੋ ਸਿਮਰਾ ਸੀ ਸੁਵਾਸੀ ਪ੍ਰਭ ਕੋ ਸਿਮਰਾ ਸਰਾਵਾਸੀ ਸਿਮਰ ਤੇ ਲਾਗੇ ਜਨਾਬ ਦਿਆਲਾ ਨਾਮ ਤਨ ਕੀ ਮੰਗਰ ਵਾਲਾ ਪ੍ਰਭ ਕੋ ਸਿਮਰਾ ਸੀ ਪਰਪਕਾਰੀ ਪ੍ਰਭ ਕੋ ਸਿਮਰਾ ਤੁਮ ਸਤਬਰਹਾਰੀ ਪ੍ਰਭ ਕੋ ਸਿਮਰਾ ਸੀ ਸੁਹਾਵੀ ਪ੍ਰਭ ਕੋ ਸਿਮਰਾ ਤੁਮ ਸੁਹਾਵੈ ਪ੍ਰਭ ਕੋ ਸਿਮਰਾ ਤ੍ਰਾਤਮ ਜੀਤਾ ਪ੍ਰਭ ਕੋ ਸਿਮਰਾ ਤਨਮਲ ਰੀਤਾ ਪ੍ਰਭ ਕੋ ਸਿਮਰਾ ਤਰੰਦ ਕਨੇਰੇ ਪ੍ਰਭ ਕੋ ਸਿਮਰਾ ਬਸਰ ਨੇਰੇ ਸੰਤ ਕਿਰਪਾ ਤੇ ਅੰਦਰ ਜਾਗ ਨਾਨਕ ਸਿਮਰ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਜ ਪੂਰੇ ਪ੍ਰਹਾਰ ਸੋ ਪ੍ਰਭ ਸਿਮਰਨ ਕਾਂਤ ਨ ਪਾਰ ਸਿਮਰਾ ਸੀ ਜਨ ਜਨ ਕੋ ਬ੍ਰਹਮਾਇਆ ਨਾਨਕ ਤਨ ਜਨ ਸਭੀ ਪਾਇਆ ਹਸਮਨ ਕਰ ਭਗਤ ਪ੍ਰਗਟਾਈ ਹਸਮਨ ਲਗ ਵੀ ਦੋ ਪਾਈ ਉੱਠ ਜਾਤੇ ਹਸਮਰਨ ਧਾਰੀ ਸਭ ਧਰਨਾ ਹਸਮਨ ਕਾ ਨਾਮ ਜਪ ਸੁਖੀਆ ਲਾ ਕੋਈ ਬੰਧਨ ਪਰ ਕਾ ਨਾਮ ਜਪ ਨਿਸਤਰ ਹਨਕ ਮੈ ਰੰਗ ਤਖ ਨਾ ਬਜਾਵੈ ਕਾ ਨਾਮ ਜਪ ਗਾਵੈ ਜੇ ਮਾਰਗੁ ਜਤ ਕੇਲਾ ਤੈ ਨਾਮ ਸੰਗੁ ਸੋਇਲਾ ਐਸਾ ਨਾਮ ਮਸਲਾ ਤਿਆਈਆ ਨਾਮ ਗੁਰਮੁਖ ਪੰਗਤ ਪਾਈਆ ਛੋਟਾ ਤਾਂ ਨਹੀਂ ਕੋਟ ਲਖ ਬਾਹੀ ਨਾਮ ਜਪ ਤੈ ਪਰ ਪਰਾਹੀ ਅਰਕ ਬਗਨ ਜਾਏ ਸੰਘਾਰਾ ਹੈ ਹਰ ਕਾ ਨਾਮ ਤਤਕਾਲ ਉਧਾਰ ਅੰਗ ਜੋ ਨ ਜਨਮ ਮਰ ਜਾਮ ਨਾਮ ਜਪ ਕਾਮਕ ਸਰਾਮ ਹਮੇ ਮਨ ਕਬੂ ਨ ਧੋਵੈ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਸੰਭਾਲ ਰਮਈਆ ਕੇ ਗੁਣ ਚੇਤ ਪ੍ਰਾਣੀ ਕਰੁਣ ਮੂਤੇ ਕਰੁਣ ਦ੍ਰਿਟਾਨੀ ਜੰਤੂ ਸਾਜ ਸਵਾਸ ਕਹੋ ਕੈਸਾ ਹੋਇ ਜਬ ਯੋ ਬਿਗਤ ਰਾਗੋ ਤਰ ਪ੍ਰਭਾਈ ਕਾ ਤਬ ਚ ਤਰ ਗੋ ਪਤਾ ਕੈਸਾ ਪੂਜ ਤਰੇ ਕਾ ਜਬ ਲੋ ਤੁਮ ਰੰਤਨ ਯਾ ਕੋ ਤਰ ਯਾ ਗਾਦੀ ਤਬ ਕੌਣ ਜਪੈ ਕੌਣ ਬੰਦਨ ਬੰਦੀ ਆਪਨ ਯਾ ਕਾ ਯਾ ਪਰਿਆ ਤਰ ਜਾਨ ਨਾਨਕ ਆਪਣ ਰੂਪ ਆਪਰੀ ਉਪਰ ਜਹ ਨਿਰਮਲ ਪੁਰਖ ਪੁਰਖ ਪਾਤਾ ਹੋਤਾ ਤਹ ਬਿਨ ਮੈਲ ਕਾ ਪਿਆ ਤੋਤਾ ਤਹ ਨਿਰੰਕਣ ਰਾਮ ਕਾਰ ਮਰਬਾਨ ਤਹ ਕੌਮ ਕੌਮਾਨ ਕੌਮ ਅਭਿਮਾਨ ਜਹ ਸਰੂਪ ਆਪਣਾ ਤੈ ਕੌਣ ਕਥੈ ਕੌਣ ਸੁਨ ਆਰਾ ਪਵੀ ਅੰਤਾ ਉੱਚਦੇ ਉੱਚਾ ਨਾਨਕ ਆਪਸ ਕਾ ਬੇਸ਼ੁਮਾਰੀ ਅਦਾ ਨਾਨਕ ਦਾਸ ਬੋਲੇ ਸਲੋਕ
ਸੇਵਕ ਕੋ ਸੇਵਾ ਬਨ ਆਈ ਨਾਮ ਜਪੋ ਲਿਵਲਾਈ ਦੁਖ ਦਰਦ ਮਨ ਤੇ ਪਹੁ ਜਾਏ ਸਤਿ ਵਪਾਰ ਕਰੋ ਵਪਾਰੀ ਦਰਗਨ ਮਹਿ ਕੇ ਪਤੁਆਰੀ ਕਾਟੇ ਕਰਖੋ ਮਨ ਮਾਹੇ ਨਾਨਕ ਬਹੁ ਮਾਇਆ ਮੈਂ ਜਾਹੇ ਦਿਸਦੇ ਦੂਰ ਕਾਂ ਕੋ ਜਾਏ ਉਪਰੈ ਰੱਖਣ ਵਾਰ ਦਿਆਏ ਮਤ ਪੂਰੀ ਉਮਰਤ ਜਾਕੇ ਦ੍ਰਿਸ਼ਟ ਦਰਸ਼ਨ ਪੀਖਤਾ ਉਦਰਤ ਸ੍ਰੇਸ਼ਟ ਚਰਨ ਕਮਲ ਜਾਕੇ ਅਨੂਪ ਸਫਲ ਦਰਸ਼ਨ ਸੁੰਦਰ ਰੂਪ ਤਨ ਸੇਵਾ ਸੇਵਕ ਪਰਵਾਨ ਅੰਤਰ ਜਮੀ ਪੁਰਖ ਪ੍ਰਧਾਨ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਦਵਾਈਆਂ ਕਰ ਸ਼ਾਂਤ ਸੁਖ ਮਨ ਆਈ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਘਸ ਭਗ ਸ਼ਬਦ ਵਾਦੇ ਕਰਾਜਤ ਕਰਤਾਰੀਆ ਪੰਜ ਦੂਤ ਤੁਰ ਵਾਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਕੈ ਸੁਖ ਹੋਆ ਤਿਤ ਕਰ ਮਨ ਹਦਵਾ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ।
ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜਾਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕਿਰਨ ਦੇਖ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਚਿਲਕੜੀਆਂ ਦੇ ਚੜੇ ਕੋਪਰੀਆਂ ਨੂੰ ਹਾਈਆਂ ਤਾਂ ਮਾਰਿਆਂ ਨਾਲ ਚਰਵਾਏ ਧਰਮ ਨਹੀਂ ਹਾਰਿਆ ਸਿੱਖੇ ਵੇਸਾਂ ਸਵਾਸਾਂ ਸੰਗ ਨਿਭਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ ਚੇਤੇ ਅਵਨ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਬੱਚਿਆਂ ਦੀ ਆਇਤ ਦੇਖਦੇ ਅਗਪਤੇ ਬਿਰਦ ਕੀ ਪੈਠ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੁੱਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਧਾਰਾ ਖਾਪ ਅਕਾਲ ਪੁਰਖ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਰਹਿਤ ਦਾਨ ਕੇਸ ਦਾਨ ਵਿਵੇਕ ਦਾਨ ਭਰੋਸਾ ਦਾਨ ਵਿਸਾਹ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਨਿਸ਼ਨਾਨ ਚੌਂਕੀਆਂ ਝੰਡੇ ਪੂੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਗੁਰੂ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਜ਼ੂਰੀ ਵਿੱਚ ਅਰਦਾਸ ਬੇਨਤੀ ਜੋਦਰੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਦਰ ਘਰ ਦੇ ਪੇਤਵਾਨ ਸਵਰਗਵਾਸੀ ਦੇ ਪਵਿੱਤਰ ਪਾਵਨ ਚਰਨ ਪਾਸ ਰਹੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਸਰਦਾਰ ਸੁਖਵਿੰਦਰ ਸਿੰਘ ਦੇ ਗੁਰਸਰੀ ਨੌਕਰੀ ਤੋਂ ਰਿਟਾਇਰਮੈਂਟ ਤੋਂ ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਸ਼ੁਕਰਾਨਾ ਅਦਾ ਕਰਦੇ ਹੋਏ ਸਾਰੇ ਸੇਵਕ ਪਰਿਵਾਰ ਵੱਲੋਂ ਮਿਲਜੁਲ ਕਰਕੇ ਆਪ ਜੀ ਦੇ ਪਵਿੱਤਰ ਪਾਵਨ ਸਰੂਪ ਗ੍ਰਹਿ ਵਿਖੇ ਲਿਆ ਕਰਕੇ ਧੁਰਕੀ ਬਾਣੀ ਇਲਾਹੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਸੇਵਕ ਪਰਿਵਾਰ ਦੀ ਸਿਰਤੀ ਮੇਰ ਪ੍ਰਿਆਪਤ ਰੱਖਣਾ ਗ੍ਰਹਿ ਵਿਖੇ ਸੁੱਖ ਸ਼ਾਂਤੀ ਵਰਤਾਉਣੀ ਦੁੱਖਾਂ ਕਲੇਸ਼ਾਂ ਦਾ ਨਾਸ ਭਜਨ ਦਾ ਪ੍ਰਤਾਪ ਕਰਨਾ ਚੜ੍ਹਦੀਆਂ ਕਲਾਂ ਦੀ ਕੋਸ਼ਿਸ਼ ਕਰਨੀ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਨਾਮ ਦੀ ਦਾਤ ਕੋਸ਼ਿਸ਼ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਰੁਮਾਲੀ ਭੇਟਾ ਕੀਤੇ ਗਏ ਹਨ ਆਪ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਸੁਟੀਏ ਪਰ ਲੋਕ ਸੁਹੇਲੇ ਕਰਨੇ ਬੇਅੰਤ ਮਾਇਆ ਭੇਟਾ ਹਾਜ਼ਰ ਕੀਤੀ ਗਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰ ਪ੍ਰਵਾਨ ਕਰਨੀ ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਆਈ ਰੁਮਾਲੇ ਆਏ ਸੀ ਖਜ਼ਾਨੇ ਭਰਪੂਰ ਕਰਨੇ ਸੇਵਕਾਂ ਦੇ ਕਾਲ ਕੁੰਟਲ ਜੋਰ ਕਰਨੇ ਅੰਨ ਧੰਨ ਦੇ ਵਾਧੇ ਕਰਨੇ ਚੜ੍ਹਦੀਆਂ ਕਲਾਂ ਦੀ ਬਖਸ਼ਿਸ਼ ਕਰਨੀ ਪਰਿਵਾਰ ਵੱਲੋਂ ਆਪ ਜੀ ਦੀ ਹਜ਼ੂਰੀ ਵਿੱਚ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੇ ਦੀਗ ਹਾਜ਼ਰ ਹੈ ਗੁਰੂ ਕੇ ਲੰਗਰ ਸਜਾ ਕੇ ਹਾਜ਼ਰ ਕੀਤੇ ਗਏ ਹਨ ਦਰ ਪ੍ਰਵਾਨ ਕਰਨਾ ਪ੍ਰਵਾਨ ਹੋਇਆ ਪ੍ਰਸ਼ਾਦ ਲੰਗਰ ਸਾਰ ਸੰਗਤ ਦੇ ਰਸਨੇ ਲਾਇਕ ਹੋਵੇ ਜੋਸ਼ ਅੱਗੇ ਮੁਖੋਂ ਵਾਹਿਗੁਰੂ ਵਾਹਿਗੁਰੂ ਨਾਮ ਜਪੇ ਕਿਰਪਾ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਗਤਾਂ ਦੀਆਂ ਹਾਜ਼ਰੀਆਂ ਕਦਮ ਕਦਮ ਸਵਾਸ ਸਵਾਸ ਤਰੀਕੇ ਵਿੱਚ ਲਾਉਣੀਆਂ ਸੰਗਤਾਂ ਵੱਲੋਂ ਆਈਆਂ ਤੇਰ ਫੁੱਲ ਭੇਟਾਵਾਂ ਦਾ ਪ੍ਰਵਾਨ ਕਰਨੀਆਂ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦਾਨ ਦੀ ਦਾਤ ਕੋਸ਼ਿਸ਼ ਕਰਨੀ ਸੇਵਕ ਪਰਿਵਾਰ ਵੱਲੋਂ ਕੀਤੀ ਹੋਈ ਸੇਵਾ ਥਾਈ ਪਾਉਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਿਵਾਰ ਦੇ ਜੀਵਨ ਦੇ ਸਿਰ ਪ੍ਰਿਆਤ ਰੱਖਣਾ
ਦੇਹ ਰੋਗਤਾ ਤੰਦਰੁਸਤੀਆਂ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਚੜ੍ਹਦੀਆਂ ਕਲਾਂ ਦੀ ਬਖਸ਼ਿਸ਼ ਕਰਨੀ, ਬੜੀ ਸੋਹਣੀ ਬਾਣੀ ਦਾ ਭਾਵ ਪਵਾਰ ਦੇ ਹਿਰਦਿਆਂ ਤੇ ਵਸਾਉਣਾ, ਸੰਤਾਂ ਦੇ ਹਿਰਦਿਆਂ ਤੇ ਵਸਾਉਣਾ, ਚਰਨਾ ਕਮਲਾਂ ਦੀ ਪ੍ਰੀਤੀ ਬਖਸ਼ਿਸ਼ ਕਰਨੀ। ਕਿਰਪਾ ਕਰੋ ਮੁਖਵਾ ਕੇ ਬਖਸ਼ ਕੇ ਸੰਗਤਾਂ ਨੂੰ ਨਦਰੀ ਨਦਰ ਨਿਹਾਲ ਕਰੋ। ਸ੍ਰੀ ਗੁਰੂ ਨੂੰ ਪਿਆਰੇ ਮੇਲਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਲਾ ਆਗਿਆ ਭਈ ਅਕਾਲ ਕੀ ਕਰੇ ਚਲਾਇਓ ਪੰਥ, ਸਭ ਸੇ ਕਰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਦੇ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਪਾਰ, ਜੋ ਸੁਣਦਾ ਕਰ ਸਿਮ ਦੇ ਗੁਰਬਾਣੀ ਉਤਾਰਨ ਹਾਰ, ਜੋ ਸੁਣਦਾ ਕਰ ਸਿਮ ਦੇ ਵਾਹਿਗੁਰਬਾਣੀ ਉਤਾਰਨ ਹਾਰ। ਸ੍ਰੀ ਵਾਹਿਗੁਰੂ ਜੀ ਤਨਾਸਰੀ ਮਹੱਲਾ ਚੌਥਾ, ਹਮ ਅੰਦਲੇ ਅੰਦ ਬਿਖੈ ਬਿਖਰਾਤੇ, ਕਿਉਂ ਚੱਲ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਣ ਪਾਲੀ ਹਮ ਅੰਦਲੇ ਅੰਦ ਬਿਖੈ ਬਿਖਰਾਤੇ, ਕਿਉਂ ਚੱਲ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਣ ਪਾਲੀ ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ ਰਹਾਉ, ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵਿਓ ਬੇਗ ਬੇਗਾਲੀ, ਸਤਿਗੁਰ ਸੇਵਾ ਖਰਚ ਹਰ ਬਾਂਧੋ ਮਤ ਜਾਣੋ ਆਜ ਕੇ ਕਾਲੀ, ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੈ ਹਰ ਨਾਲੀ, ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ, ਹਰ ਹਰ ਜਪਨ ਜਪ ਲੋਚਨ ਚਾਨੀ ਹਰ ਕਿਰਪਾ ਕਰ ਬਨਵਾਲੀ, ਜਨ ਨਾਨਕ ਸੰਗਤ ਸਾਧ ਹਰ ਮਿਲੋ ਹਮ ਸਾਧ ਜਨਾ ਪਗ ਰਾਲੀ, ਹਰ ਹਰ ਜਪਨ ਜਪ ਲੋਚਨ ਚਾਨੀ ਹਰ ਕਿਰਪਾ ਕਰ ਬਨਵਾਲੀ, ਜਨ ਨਾਨਕ ਸੰਗਤ ਸਾਧ ਹਰ ਮਿਲੋ ਹਮ ਸਾਧ ਜਨਾ ਪਗ ਰਾਲੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਪ੍ਰੀਤਵਾਨ ਸਵਰਗਵਾਸੀ ਸਰਦਾਰ ਸੋਹਣ ਸਿੰਘ ਜੀ ਅਤੇ ਮਾਤਾ ਹਰਬੰਸ ਕੌਰ ਜੀ ਦੀ ਬਾਗ ਪਰਵਾੜੀ, ਸਰਦਾਰ ਸੁਖਵਿੰਦਰ ਸਿੰਘ ਦੀ, ਲਵਪ੍ਰੀਤ ਸਿੰਘ, ਤਿੰਨਾਂ ਦੇ ਸਾਰੇ ਬਾਗ ਪਰਿਵਾਰ ਦੀ ਮਿਲਜੁਲ ਕਰਕੇ ਸਤਿਗੁਰਾਂ ਦੇ ਪਵਿੱਤਰ ਚਰਨ ਆਪਣੇ ਗ੍ਰਹਿ ਵਿਖੇ ਪਵਾਏ ਹਨ। ਸਰਦਾਰ ਸੁਖਵਿੰਦਰ ਸਿੰਘ ਦੀ ਪੁਲਿਸ ਦੀ ਸਰਵਿਸ ਤੋਂ ਰਿਟਾਇਰਮੈਂਟ ਤੋਂ ਉਪਰੰਤ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਹੋਏ ਸਤਿਗੁਰਾਂ ਦੇ ਪਾਵਨ ਸਰੂਪ ਗ੍ਰਹਿ ਵਿਖੇ ਲਿਆ ਕਰਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਹਨ। ਹੁਣ ਕੜਾਹ ਪ੍ਰਸ਼ਾਦ ਦੀ ਦੀਵ ਵਰਤਾਈ ਜਾਵੇਗੀ। ਉਸ ਤੋਂ ਉਪਰੰਤ ਥੋੜ੍ਹੇ ਸਮੇਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਹਨ। ਆਪ ਸਾਰੀਆਂ ਸੰਗਤਾਂ ਨੇ ਪ੍ਰਸ਼ਾਦ ਲੈ ਕੇ ਜਿਨ੍ਹਾਂ ਸੰਗਤਾਂ ਨੇ ਜਲ ਪਾਣੀ ਛਕਣਾ ਹੈ ਛਕ ਕੇ ਥੋੜ੍ਹੇ ਸਮੇਂ ਬਾਅਦ ਦੁਬਾਰਾ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਸਾਰੀਆਂ ਸੰਗਤਾਂ ਨੇ ਅਰਦਾਸ ਵਿੱਚ ਸ਼ਾਮਲ ਹੋਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਚੌਥਾ, ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾਕੇ ਵਸ ਹੈ ਕਾਮ ਧੇਨਾ, ਸੋਵੇ ਸਾਰ ਧਿਆਈਏ ਮੇਰੇ ਜੀਅੜੇ, ਤਾਂ ਸਭ ਸੁਖ ਪਾਵੇ ਮੇਰੇ ਮਨਾ। ਇੱਛਾ ਪੂਰਕ ਮੁੱਖ ਉਜਲ ਹੋਈ ਹੈ, ਨਿਤ ਧਿਆਈਆ ਹਰ ਪੁਰਖ ਨਿਰੰਜਨਾ ਰਹਾ, ਜੈ ਹਰ ਸਿਮਰਨ ਭਾਇਆ ਤੈ ਉਪਾਦ ਗਤ ਕਿੰਨੀ, ਅਡ ਭਾਗੀ ਹਰ ਜਪਨਾ, ਜਨ ਨਾਨਕ ਕੋ ਗੁਰੀ ਕਾਰੋ ਕਰੇ ਤੇਰਾ ਕਾਜ ਸਭ ਸਵਾਰਣਾ, ਸਭਨਾ ਗੱਲਾਂ ਸਿਮਰਨ ਸਵਾਮੀ ਸੋ ਕੋ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਈ ਕਰਦੇ ਰਹਿ, ਕਰਤਾ ਦੇ ਰਹਿ ਸਭ ਕਿਛ ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਨ ਕੈ ਮਨ ਵਸਿਆ ਪਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਈ ਕਰਦੇ ਰਹਿ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਰ ਭੁੱਖਾ ਸਮ ਗਵਾਈਆਂ ਕਰ ਸ਼ਾਂਤ, ਸੁਖ ਮਨਾਈ ਵਸਿਆ ਦ੍ਰਿਸ਼ਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਦਿਆਂ ਵਡਿਆਈਆਂ, ਕਹਿ ਨਾਨਕ ਸੁਣ ਸੰਤੋ ਸ਼ਬਦ ਰੁਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਰਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ ਕਾਲ ਕੰਡ ਕਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕੋ ਸੇ, ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਸੂਰੇ ਦੁਖ ਰੋਗ ਸੰਤਾਪ ਉਤਰੇ, ਸੁਣੀ ਸਚੀ ਬਾਣੀ।
ਸੰਤ ਸਾਜਨ ਭਏ ਸੰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਰਾਜੇ ਵਾਜੇ ਪੂਰੇ ਸੁਣ ਤੇ ਪੁਨੀਤ ਨਾਨਕ ਗੁਰ ਚਰਨ ਲਾਗੇ ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਕੋ ਵਿਘਨ ਨ ਕੋ ਲਾਗੈ ਜਾਂ ਕੀ ਪ੍ਰਭ ਆਗੈ ਅਰਦਾਸ ਤੂੰ ਸਮਰੱਥ ਅਗਾਥੇ ਗੁਜਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦ ਲਾਉ ਸਿਮਰੋ ਸ੍ਰੀ ਅਦਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਈ ਤੇਗ ਬਹਾਦਰ ਸਿਮਰਿਆ ਘਰ ਨਾਉ ਨੀ ਧਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਣਾ ਜੀ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰਦਾ ਤੇ ਅੰਤਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਗਿਆਨ ਸਿੱਖ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਈ ਚਰਖੜੀਆਂ ਤੇ ਚੜੀ ਕੁਪਰੀਆਂ ਨੂੰ ਹਰੀਆਂ ਤਾਂ ਨਾਰਿਆਂ ਨਾਲ ਚਲਵਾਈ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗਨ ਭਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇਤਾਵੇ ਜਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਸਿੱਖਾਂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਰਹਿਤ ਦਾਨ ਕੇਸ ਦਾਨ ਵਿਵੇਕ ਦਾਨ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੀ ਮਾਣ ਨਤਾਣਿਆਂ ਦੇ ਦਾਨ ਨੇ ਉੱਡਿਆਂ ਦੀ ਹੋਟ ਨੇ ਆਸਰਿਆਂ ਦੇ ਆਸਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰੀ ਵਿੱਚ ਅਰਦਾਸ ਬੇਨਤੀ ਜੋਦਣੀ ਹੈ ਆਪ ਜੀ ਦੇ ਦਰ ਕਰਦੇ ਪ੍ਰੀਤਵਾਰ ਸਵਰਗਵਾਸੀ ਸਰਦਾਰ ਸੋਹਣ ਸਿੰਘ ਜੀ ਅਤੇ ਮਾਤਾ ਹਰਬੰਸ ਕੌਰ ਦੀ ਬਾਗ ਪਰਿਵਾਰ ਜੀ ਸਾਰੇ ਬਾਗ ਪਰਿਵਾਰ ਵੱਲੋਂ ਆਪ ਜੀ ਦੇ ਪਵਿੱਤਰ ਪਾਵਨ ਚਰਨ ਪਰਸੇ ਜਾ ਰਹੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਸਰਦਾਰ ਸੁਖਵਿੰਦਰ ਸਿੰਘ ਜੀ ਨੂੰ ਪੋਤਰੇ ਦੀ ਦਾਤ ਪ੍ਰਾਪਤ ਹੋਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਪੋਤਰੇ ਜੋਰਾਵਰ ਸਿੰਘ ਦੇ ਜਨਮ ਦੀ ਖੁਸ਼ੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਸਰਦਾਰ ਮਹਿਪ੍ਰੀਤ ਸਿੰਘ ਪਰਮਿੰਦਰ ਕੌਰ
ਅਤੇ ਸਰਦਾਰ ਸੁਖਵਿੰਦਰ ਸਿੰਘ ਸਮੂਹ ਬਾਗ ਪਰਿਵਾਰ ਵੱਲੋਂ ਮਿਲਜੁਲ ਕਰਕੇ ਆਪ ਜੀ ਦੇ ਪਵਿੱਤਰ ਪਾਵਨ ਸਰੂਪ ਗ੍ਰਹਿ ਵਿਖੇ ਲਿਆ ਕਰਕੇ ਧੁਰਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਟਾਈ। ਧੁਰਕੀ ਬਾਣੀ ਇਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣ ਲੱਗੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਪਾਠੀ ਸਿੰਘਾਂ ਦੇ ਸਿਰ 'ਤੇ ਵੀਰ ਪ੍ਰਿਆਤ ਰੱਖ ਕੇ ਬਾਣੀ ਗਾਇਨ ਕਰਨ ਦੀ ਬਲ ਬੁੱਧ ਸਮਰੱਥਾ ਬਖਸ਼ਿਸ਼ ਕਰਨੀ। ਸੇਵਕ ਪਰਿਵਾਰ ਨੂੰ ਤਿੰਨ ਦਿਨ ਸੇਵਾ ਕਰਨ ਦਾ ਗੁਰਬਾਣੀ ਸਰਵਣ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ। ਕਿਰਪਾ ਕਰਨੀ ਸੇਵਕ ਪਰਿਵਾਰ ਦੇ ਸਿਰ 'ਤੇ ਮੇਰ ਪ੍ਰਿਆਤ ਰੱਖਣਾ। ਗ੍ਰਹਿ ਵਿਖੇ ਸੁੱਖ ਸ਼ਾਂਤੀ ਵਰਤਾਉਣੀ, ਦੁੱਖਾਂ ਕਲੇਸ਼ਾਂ ਦਾ ਨਾਸ ਭਜਨ ਦਾ ਪ੍ਰਤਾਪ ਕਰਨਾ। ਪਰਿਵਾਰ ਦੇ ਜੀਆਂ ਦੇ ਸਿਰ 'ਤੇ ਮੇਰ ਪ੍ਰਿਆਤ ਰੱਖਣਾ। ਚੜ੍ਹਦੀਆਂ ਕਲਾ ਦੀ ਬਖਸ਼ਿਸ਼ ਕਰਨੀ। ਬੱਚੇ ਜੋਰਾਵਰ ਸਿੰਘ ਦੇ ਸਿਰ 'ਤੇ ਮੇਰ ਪ੍ਰਿਆਤ ਰੱਖਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਤਾ ਪਿਤਾ ਦਾ ਆਗਿਆਕਾਰੀ ਨੂੰ ਦੀਰਘਾਯੂ ਉਹਦੀ ਦਾਤ ਬਖਸ਼ਿਸ਼ ਕਰਨੀ। ਉੱਚ ਵਿੱਦਿਆ ਦੀ ਦਾਤ ਬਖਸ਼ਿਸ਼ ਕਰਨੀ। ਜੀਵਨ ਦੇ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ। ਚੜ੍ਹਦੀ ਕਲਾ ਦੀ ਬਖਸ਼ਿਸ਼ ਕਰਨੀ। ਆਪਣੇ ਚਰਨਾਂ ਕਮਲਾਂ ਨਾਲ ਜੋੜੀ ਰੱਖਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਸੰਬੰਧ ਵਿੱਚ ਆਪ ਜੀ ਦੀ ਹਜ਼ੂਰੀ ਵਿੱਚ ਧੂਪ ਦੀਪ ਕੁੰਭ ਨਰੇਲ ਸਗੋਂ ਸਮੱਗਰੀ ਹਾਜ਼ਰ ਕੀਤੀ ਗਈ ਹੈ। ਜੇ ਕੋਈ ਤਰੁੱਟੀ ਰਹਿ ਗਈ ਹੋਵੇ ਅਣਜਾਣ ਸੇਵਕ ਜਾਣ ਕੇ ਮਾਫ਼ ਕਰਨਾ। ਅੱਗੇ ਤੋਂ ਸਮਤ ਬਖਸ਼ਣੀ। ਭੋਗ ਦੀਆਂ ਖੁਸ਼ੀਆਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰ ਵੱਲੋਂ ਆਪ ਜੀ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਆਪ ਜੀ ਦੀ ਹਜ਼ੂਰੀ ਵਿੱਚ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਕਰੋ। ਪ੍ਰਵਾਨ ਹੋਇਆ ਪ੍ਰਸ਼ਾਦ ਸਾਰ ਸੰਗਤ ਦੇ ਰਸਨੀ ਲਾਇਕ ਹੋਵੇ। ਜੋ ਸਕੇ ਮੁਖੋਂ ਵਾਹਿਗੁਰੂ ਵਾਹਿਗੁਰੂ ਨਾਮ ਜਪੇ ਕਿਰਪਾ ਕਰੋ। ਮੁੱਖ ਵਾਕ ਬਖਸ਼ ਕੇ ਸੰਗਤਾਂ ਨੂੰ ਨਦਰੀ ਨਦਰ ਨਿਹਾਲ ਕਰੋ। ਉਸ ਤੋਂ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਸ੍ਰੀ ਗੁਰਮੁਖ ਪਿਆਰੇ ਮੇਲੋ ਦਿਨਾਂ ਮਿਲਿਆ ਆਪ ਜੀ ਦਾ ਨਾਮ ਦਿੱਤਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਬਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨੀ ਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਈ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਿ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਉਂ ਸਚਿਆਰਾ ਹੋਈਐ ਕਿਉਂ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਹੋਣ ਆਕਾਰ ਹੁਕਮ ਨਾ ਕਹਿ ਜਾਈ ਹੁਕਮ ਹੋਣ ਜੀ ਹੁਕਮ ਲੈਂਦੇ ਆਈ ਹੁਕਮ ਹੁਕਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਐ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਜੇ ਬੁੱਝੈ ਤਾਂ ਮੈਂ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੇ ਕਿਸੇ ਤਾਣ ਗਾਵੈ ਕੋ ਦਾਤ ਦੂਰ ਗਾਵੈ ਕੋ ਵੇਖਾ ਦਰਾਹ ਦੂਰ
ਕਤ ਨਾ ਕਥੀ ਨਾ ਵੈ ਕੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਦੁਗਾ ਦੁਗਾ ਤਰਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੀ ਪਰਵਾਹੋ ਸਾਚਾ ਸਾਹਿਬ ਸਚ ਨਾਈ ਭਾਖਿਆ ਭਾਉ ਅਪਾਰ ਆਖਿਆ ਮੰਗੈ ਦੇ ਦੇ ਦਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜੇ ਦੱਸਣ ਦਰਬਾਰ ਮੋਹਕ ਬੋਲਣ ਬੋਲੀਐ ਜੇ ਤੂੰ ਧਰੇ ਪਿਆਰ ਅੰਮ੍ਰਿਤ ਮੇਰਾ ਸੱਚ ਨਾਮ ਵਡਿਆਈ ਵਿਚਾਰ ਕਰਮੀਆਂ ਮੈਂ ਕੱਪਣਾ ਨਦਰੀ ਮੁਖ ਦੁਆਰ ਨਾਨਕੇ ਮੈਂ ਜਾਣੀਐ ਸਭਾ ਪੇ ਸਜਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਅੰਦਰ ਜਨ ਸੋਏ ਜੇ ਰਸੀ ਮਿਆ ਤਰ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਪਰਾਰ ਸੁਖਾ ਲੈ ਜਾਵਾਂ ਜੇ ਤੇ ਭਾਵਾਂ ਵਿਰ ਪਾਣੀ ਕੇ ਨਾਈ ਕਰੀ ਜੇ ਤੀਸਰਾ ਟੋਪਾਈ ਵੇਖਾਂ ਵਿਰ ਕਰਮਾ ਕੇ ਮਿਲੈ ਲਈ ਮਾਤਰ ਚਰਤਨ ਜਵਾਰ ਮਾਲਕ ਜੇ ਕੁਕੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਦੁਚਾਰੇ ਆਜਾ ਉਹ ਤੂੰ ਸੁਣੀ ਹੋਏ ਨਾ ਆਖਣਾ ਵੀ ਜਾਣੀਐ ਨਾ ਚਲੈ ਸਭ ਕੋਏ ਚੰਗਾ ਨਾ ਰਖਾਈ ਕਹਿ ਜਸ ਕਿ ਜਗਲੇ ਜੇ ਤਨਾ ਦਨਾ ਵਈ ਤਾਂ ਵਾਤ ਨਾ ਪੁੱਛੈ ਕੇ ਕੀਰਤਾ ਅੰਦਰ ਕੀਰ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਆ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੋ ਨਾਥ ਸੁਣਿਆ ਧਰਤ ਧਲ ਆਕਾਸ ਸੁਣੈ ਦੀਪ ਲੋ ਪਾਤਾਲ ਸੁਣੈ ਪੋਇ ਨਾ ਸਕੈ ਕਾਲ ਨਾਨਕ ਭਗਤਾਂ ਸਕੈ ਇਸ਼ਨਾਨ ਸੁਣਿਆ ਪਲ ਪਲ ਪਾਵੇ ਮਾਨ ਸੁਣੈ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਰਬ ਗਾਸ ਸੁਣੈ ਦੋ ਪਾਪ ਕਾ ਨਾਸ ਸੁਣਿਆ ਸਰਬ ਗੁਰਾਂ ਕੇ ਗਾ ਸੁਣੈ ਸ਼ੇਖ ਪੀਰ ਪਾਤਸ਼ਾਹ ਸੁਣੈ ਅੰਦੇ ਪਾਵੇ ਰਾਹੋ ਸੁਣੈ ਤੁਸ ਗਾਓ ਨਾਨਕ ਭਗਤਾਂ ਸਰਬ ਗਾਸ ਸੁਣੈ ਦੋ ਪਾਪ ਕਾ ਨਾਸ ਮਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਦ ਕਲਮ ਨਾ ਲਿਖਣ ਹਾਰ ਮਨੇ ਕਾ ਬਹਿ ਕਰਨ ਵਿਚਾਰ ਐਸਾ ਧਰਮ ਸੀਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨੈ ਪਾਵੈ ਮੁਖ ਦੁਆਰ ਮਨੈ ਪਰਵਰ ਸਾਧਾਰ ਮਨੈ ਤਰਾਂ ਤਰੇ ਗੁਰਸਿੱਖ ਮਨੈ ਨਾਨਕ ਭਾਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਉਹਨੀ ਕਲਾਮ ਇਉਂ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਲ ਰੂਪ ਕੇਤੀ ਦਾਤ ਜਾਣੇ ਕੌਣ ਕੋਤ ਕੀਤਾ ਪਸਾਓ ਏਕੋ ਕਵਾਓ ਤੇ ਲੱਖ ਦਰੀ